ਸਭ ਗੱਲ ਉਹੀ ਹੈ ਤੁਸੀਂ ਕਹਿ ਰਹੇ ਹੋ ਨਵਾਂ ਪੰਜਾਬ ਬਣਾਵਾਂਗੇ ਬਟ ਬਣਾ ਤੁਸੀਂ ਉਹਨਾਂ ਪੁਰਾਣੇ ਲੀਡਰਸ ਦੇ ਨਾਲ ਹੀ ਰਹੇ ਗਏ ਗੱਲ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਵੀ ਜੁੜਦੀ ਹੈ ਕਹਿੰਦੇ ਕਿ 75 ਜਦੋਂ ਜਿਹੜੀ ਅਕਾਲੀ ਦਲ ਦੀ ਸਰਕਾਰ ਜੇ ਹੁੰਦੀ ਹੈ ਤਾਂ ਉਹ 75 ਬਣ ਜਾਂਦੀ ਹੈ ਔਰ ਕਾਂਗਰਸ ਦੇ ਵਿੱਚ 25 ਹੋ ਜਾਂਦਾ ਹੈ ਉਹਦੀ ਮਹਿਲਾ ਮਿੱਤਰ ਵੀ ਉਹਨਾਂ ਦੇ ਇਸ ਸਮਾ ਫਾਰਮ ਹਾਊਸ ਵੇਂਦੀ ਪਰਸਨਲ ਲਾਈਫ ਪਰ ਉਹਨਾਂ ਦੇ ਕੋਈ ਨੈਸ਼ਨਲ ਸਿਕਿਉਰਿਟੀ ਦੇ ਦੇਖੋ ਪਰ ਕੈਪਟਨ ਸਾਹਿਬ ਕਹਿੰਦੇ ਨੇ ਕਹਿੰਦੇ ਛੇ ਦੁਆਰਾ ਵੀਜ਼ਾ ਮਿਲੇ ਮੈਂ ਫੇਰ ਲੈ ਆਉਂਗਾ अच्छा मनूर पर ਤੁਸੀਂ ਪੁੱਛਿਆ ਉਹਨਾਂ ਨੂੰ ਸਵਾਲ ਕਿ ਇਹ ਜਵਾਬ ਦਿੱਤਾ ਉਹਨਾਂ ਨੇ ਪਤਾ ਨਹੀਂ ਫਿਰ ਵੀ ਜ਼ਿਆਦਾ ਮੈਨੂੰ ਪਤਾ ਨਹੀਂ ਇਮਰਾਨ ਖਾਨ ਆਏ ਬਾਸੀ ਪੁੱਛਦੇ ਆਂ ਕਹਿੰਦੇ ਉਹ ਸਾਡਾ ਸਿੱਧੂ ਕਿੱਥੇ ਆ ਮੈਂ ਤਾਂ ਹੈਰਾਨ ਹੋ ਗਿਆ ਨਾ ਕਿ ਯਾਰ ਓਪਨਲੀ ਗੱਲ ਕਰ ਰਿਹਾ ਤੇ ਮੈਂ ਕੈਪਟਨ ਸਾਹਿਬ ਨੂੰ ਪੁੱਛਿਆ ਕਿ ਕਿਸ ਨਾ ਕਿਸ ਫਰਲੋ ਦੇ ਉੱਤੇ ਬਾਹਰ ਆਏ ਨੇ ਔਰ ਪੰਜਾਬ ਦੇ ਵਿੱਚ ਜੋ ਡੇਰਾ ਬਾਦ ਹੈਗਾ ਡੇਰੇ ਬਹੁਤ ਜ਼ਿਆਦਾ ਹੈ ਕਿ ਨਹੀਂ ਔਰ ਬੱਡਾ ਪ੍ਰਭਾਵ ਹੁੰਦੇ ਜਾ ਜਿਹੜੀਆਂ ਸੀਗੀਆਂ ਕਹਿੰਦੇ ਭਾਜਪਾ ਦੇ ਕੋਲ ਸੀਗੀਆਂ ਪਰ ਲੋ ਦਵਾਈਆਂ ਔਰ ਫਾਇਦਾ ਜਿਹੜਾ ਹੈਗਾ ਕਹਿੰਦੇ ਜੇਰੇ ਦਾ ਭਾਜਪਾ ਨੂੰ ਮਿਲ ਸਕਦਾ ਹੈ ਜੇਰੇ ਦੀ ਈਡੀ ਦੀ ਰੇਡ ਹੋਈ ਹੈ ਮੈਂ ਕਹਿੰਦਾ ਸਵਾਲ ਉਹ ਨਹੀਂ ਹੈ ਯਾਰ ਸਵਾਲ ਇਹ ਹੈ ਕਿ ਚੰਨੀ ਜੀ ਕੰਸਟੀਟੂਐਂਸੀ 'ਚ ਇਹ ਰੇਤੀ ਦਾ ਕੰਮ ਹੋ ਰਿਹਾ ਸੀ ਇਹ ਨਹੀਂ ਹੋ ਰਿਹਾ ਸੀਗਾ ਹੋ ਰਿਹਾ ਸੀਗਾ ਤੇ ਕਿਸੇ ਨੇ ਕੰਪਲੇਨਟ ਕੀਤਾ ਹੈ ਨਹੀਂ ਕੀਤਾ ਕੀਤਾ ਜਦ ਮਿਲ ਕੇ ਕਹਿੰਦੇ ਚੰਨੀ ਉਹਨਾਂ ਨੂੰ ਪਜੀ ਲੀਨ ਚਿਪ ਕਿੰਨੇ ਦਿੱਤੀਏ ਤੇ ਕੀ ਕਹਿੰਦਾ ਉਹਨੂੰ ਛੱਡ ਦਿਓ ਮੈਂ ਇੱਕ ਵੀ ਸਟੇਟਮੈਂਟ ਨਹੀਂ ਜਿਗੋਣੀ ਹਾਂਜੀ ਉਹ 10 ਕਰੋੜ ਰੁਪਏ ਪਰ ਇਹ ਇਹਦਾ ਕਿਉਂ ਭਾਜਪਾ ਦੇ ਇਲਜ਼ਾਮ ਕਿਉਂ ਲੱਦੇ ਹੈਗੇ ਫਿਰ ਭਾਵੇਂ ਵੈਸਟ ਬੰਗਾਲ ਦੀ ਚੋਣਾਂ ਹੋਣ ਕਹਿੰਦੇ ਉੱਥੇ ਉਦੋਂ ਉਲਟਾ ਹੁੰਦਾ ਉੱਥੇ ਉੱਥੇ ਈਡੀ ਦੇ ਰਾਹੀਂ ਬਾਹਮ ਰੋੜੀ ਜਾਂਦੀ ਹੈ ਕਹਿੰਦੇ ਇੱਥੇ ਵੀ ਈਡੀ ਦੇ ਰਾਹੀਂ ਬਾਹਮ ਰੋੜਦੇ ਨਹੀਂ ਵੈਸਟ ਬੰਗਾਲ ਵਿੱਚ ਸਾਡੇ ਕਾਰਜਕਰਤਾ ਮਾਰੇ ਜਾਂਦੇ ਨੇ ਇਹ ਬੜੀ ਅਫਸੋਸ ਦੀ ਗੱਲ ਹੈ ਤਾਂ ਮਾਰਕਾ ਦੇ ਵਿੱਚ ਹਿਜਾਬ ਵਾਲਾ ਹੋਇਆ ਕਹਿੰਦੇ ਪੰਜਾਬ ਦੇ ਵਿੱਚ ਦਸਤਾਰਾ ਬੰਨੀਆਂ ਔਖੇ ਕਰ ਦੰਗੇ ਬ੍ਰਿੰਕਾ ਤਾਂ ਕਹਿੰਦੀ ਲੜਕੀ ਮੁੜ ਲੜ ਸਕਦੀ 2014 ਤੇ 2019 ਦੇ ਚੋਣ ਮਿਲਾ ਕੇ ਉਹਨਾਂ ਦੀ 100 ਸੀਟਾਂ ਨਹੀਂ ਬਣਦੀਆਂ लोग पार्टी डिसिप्लिन इजते बिलीव ही नहीं कर रहे। चिड़ा वाला सवेरे उठदा वो एक स्टेटमेंट दे देता। इंटरव्यू कर दे रहे थे कि सूजी जानू कोए ਤੁਹਾਡੀ ਕੀ ਥੀ ਵੀਊ ਹੈ। ਤੇ ਮੈਂ ਕਿਹਾ ਉਹ ਬੇਸਕੂਫੀ ਦੀ ਸਟੇਟਮੈਂਟ ਕਿਸੇ ਨੇ ਨੋਟ ਵੀ ਨਹੀਂ ਲਿਆ। ਪਰ ਤੁਸੀਂ ਮਾਨੂੰ ਪੁੱਛੋਗੇ ਮੈਂ ਉਹਦੇ ਤੇ ਰਿਐਕਸ਼ਨ ਦੇਗਾ ਤੇ ਉਹ ਡਿਗਨੀਫਾਈ ਹੋ ਜਾਏਗੀ। ਜਿਹੜੀ ਦੇਖ ਰਹੇ ਪੰਜਾਬ ਦੇ ਵਿੱਚ ਬੀਜੇਪੀ ਦੀ ਤੁਹਾਨੂੰ ਕੀ ਅਸੈਸਮੈਂਟ ਨਜ਼ਰ ਆ ਰਹੀ ਹੈ? ਦੇਖੋ ਇਹ ਇਹ ਜਿਹੜਾ ਨਾ ਕੈਲਕੂਲੇਸ਼ਨ ਦਾ ਸੌਦਾ ਇਹ ਜਲਦੀ ਨਹੀਂ ਕਰਨਾ। ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗਗਨਦੀਪ ਸਿੰਘ ਕਿਸਾਨੀ ਅੰਦੋਲਨ ਖਤਮ ਹੋਣ ਤੋਂ ਬਾਅਦ ਭਾਜਪਾ ਮੈਦਾਨ ਦੇ ਵਿੱਚ ਉਤਰੀ ਹੈ ਇੱਕ ਨਵੇਂ ਨਾਰੇ ਦੇ ਨਾਲ ਨਵਾਂ ਪੰਜਾਬ ਭਾਜਪਾ ਦੇ ਨਾਲ ਪਰ ਇਸ ਵਾਰ ਨੌ ਮਾਸ ਦਾ ਰਿਸ਼ਤਾ ਖਮਾਉਣ ਵਾਲੀ ਅਕਾਲੀ ਦਲ ਨਹੀਂ ਬਲਕਿ ਕਾਂਗਰਸ ਦੇ ਵਿੱਚ 4.5 ਸਾਲ ਮੁੱਖ ਮੰਤਰੀ ਰਹਿਣ ਵਾਲੇ ਕੈਪਟਨ ਅਮਰਿੰਦਰ ਸਿੰਘ ਆਪਣੀ ਨਵੀਂ ਪਾਰਟੀ ਪੀਐਲਸੀ ਔਰ ਅਕਾਲੀ ਦਲ ਤੋਂ ਤੋੜ ਵਿਛੋੜਾ ਕਰਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾਉਣ ਵਾਲੇ ਢੀਂਸਾ ਪਰਿਵਾਰ ਭਾਜਪਾ ਦੇ ਨਾਲ ਗੱਠਜੋੜ ਦੇ ਵਿੱਚ ਨੇ ਤਾਂ ਨਵਾਂ ਪੰਜਾਬ ਭਾਜਪਾ ਦੇ ਨਾਲ ਇਹਨਾਂ ਦੇ ਵੱਲੋਂ ਨਾਅਰਾ ਦਿੱਤਾ ਜਾ ਰਿਹਾ ਹੈ ਹਾਲਾਂਕਿ ਬਹੁਤ ਸਾਰੇ ਸਿਆਸੀ ਦਿਗਜ ਇਸ ਵੇਲੇ ਚੋਣ ਪ੍ਰਚਾਰ ਕਰ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣੀ ਵੀ ਰੈਲੀ ਕਰਨ ਵਾਸਤੇ ਆ ਰਹੇ ਨੇ ਅਮਿਤ ਸ਼ਾਉਣਾ ਦੇ ਵੱਲੋਂ ਵੀ ਰੈਲੀ ਕੀਤੀ ਜਾਣੀ ਹੈ ਔਰ ਹਰਦੀਪ ਪੁਰੀ ਭਾਜਪਾ ਦੇ ਸੀਨੀਅਰ ਲੀਡਰ ਨੇ ਯੂਨੀਅਨ ਮਿਨਿਸਟਰ ਨੇ ਉਹ ਲਗਾਤਾਰ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਗੱਲਬਾਤ ਕਰਦੇ ਹਾਂ ਪੁਰੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਟੀਵੀ ਤੇ ਸਤਿ ਸ਼੍ਰੀ ਅਕਾਲ ਕਿਵੇਂ ਦੇਖ ਰਹੇ ਹੋ ਪੰਜਾਬ ਕੀ ਸਮਝ ਆ ਰਿਹਾ ਹੈ ਨਵਾਂ ਪੰਜਾਬ ਭਾਜਪਾ ਦੇ ਨਾਲ ਲੱਗ ਰਿਹਾ ਹੈ ਜਾਂ ਫਿਰ ਪੁਰਾਣਾ ਪੰਜਾਬ ਹੀ ਹੈ ਪਰ ਕਿਸੇ ਹੋਰ ਦੇ ਨਾਲ ਲੱਗ ਰਿਹਾ ਹੈ ਨਹੀਂ ਨਹੀਂ ਪੰਜਾਬ ਦੀ ਜਿਹੜੀ ਸਥਿਤੀ ਹੈ ਇਸ ਵਕਤ ਇੱਥੇ ਸੁਧਾਰ ਦੀ ਜ਼ਰੂਰਤ ਹੈ ਪੋਲੀਟੀਕਲ ਸੁਧਾਰ ਇਕਨੋਮਿਕ ਐਕਟੀਵਿਟੀ ਨੂੰ ਰਿਵਾਈਵ ਕਰਨੇ ਦੀ ਜੋ ਲੋੜ ਹੈ ਨਸ਼ਾ ਮੁਕਤੀ এমਪਲੋਇਮੈਂਟ ਜਨਰੇਸ਼ਨ ਤੇ ਪੰਜਾਬ ਤੇ ਨਵਾਂ ਬਨੇਗਾ ਮੈਨੂੰ ਪੂਰਾ ਵਿਸ਼ਵਾਸ ਹੈ ਨਵਾਂ ਪੰਜਾਬ ਪਾਛਪਾ ਦੇ ਨਾਲ ਹੀ ਹੋਏਗਾ ਕਿਉਂਕਿ ਹੋਰ ਕਿਸੇ ਕੋਲ ਨਵਾਂ ਪੰਜਾਬ ਬਨੇਗਾ ਨਹੀਂ ਉਹਦੇ ਕਾਰਨ ਨੇ ਜੋ ਪਿਛਲੇ 10 15 ਸਾਲੇ ਚੱਤੇ ਹੋਇਆ ਅਗਰ ਸਹੀ ਮੈਂ ਨੇ ਤੁਸੀਂ ਉਹਨੂੰ ਐਨਲਾਈਜ਼ ਕਰੋ ਤੇ ਬਾਰਡਰ ਸਟੇਟ ਸੈਂਸਿਟੀਵਿਟੀ ਸਿਕਿਉਰਿਟੀ ਇਸ਼ੂਸ दो लाख इक्यासी हजार करोड़ का कर्जा नशा यूथ अन्पलॉयमेंटे दो लाख इक्यासी हजार करोड़ का तो कर्जा है नाल, जो इन्होंने ढांचा बनाया वो तो करप्ट ढांचा है सारे नो पता है नशे की प्रॉब्लम है पर वो हल क्यों नहीं करना कर पाए हर करना चाहते नहीं सब सीरियसली कैप्टन साहब ने सवाल पूछा गया मैं भी होता hmm. कैप्टन साहब ने कहा मैं त्रेंट हज़ार बंदे अंदर करते हैं मनु पूछा गया कि आप कैसे इसको हल कर लोगे? मैं गए मैं गल यह है कि भारतीय जनता पार्टी दी सरकार बाकी स्टेट्स ही है किसी और कित सुनिया ਸਾਡੀ ਜ਼ੀਰੋ ਟੋਲਰੈਂਸ ਹੈ ਭਾਈ ਪੁਰੀਤ ਸਾਹਿਬ ਗੱਲ ਉਹੀ ਹੈ ਤੁਸੀਂ ਕਹਿ ਰਹੇ ਹੋ ਨਵਾਂ ਪੰਜਾਬ ਬਣਾਵਾਂਗੇ ਬਟ ਬਣਾ ਤੁਸੀਂ ਉਹਨਾਂ ਪੁਰਾਣੇ ਲੀਡਰਸ ਦੇ ਨਾਲ ਹੀ ਰਹੀ ਹੈਗੇ ਹੋ ਕੈਪਟਨ ਅਮਰਿੰਦਰ ਸਾਹਿਬ ਨੇ ਜ਼ਿਕਰ ਕੀਤਾ ਲੋਕਾਂ ਦੇ ਵੱਲੋਂ ਇਹ ਸਵਾਲ ਖੜਾ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਸਾਢੇ 4 ਸਾਲਾਂ ਵਿੱਚ ਕੁਝ ਨਹੀਂ ਕੀਤਾ ਭਾਵੇਂ ਕਹਿੰਦੇ ਬੰਦੇ ਅੰਦਰ ਕਰਤੇ ਪਰ ਕਿੰਗਪਿੰਜ ਜਿਹੜੇ ਨੇ ਵੱਡੇ ਮਗਰਮਚ ਨੇ ਉਹ ਅਜੇ ਤੱਕ ਬਾਹਰ ਹੈਗੇ ਨੇ ਤਾਂ ਉਹੀ ਵਿਅਕਤੀ ਜਿਹੜੇ ਸਾਢੇ 4 ਸਾਲ ਜਿਨ੍ਹਾਂ ਨੂੰ ਤੁਸੀਂ ਵੀ ਕੰਡੈਮ ਕਰਦੇ ਰਹੇ ਉਹਨਾਂ ਨਾਲ ਕਿਵੇਂ ਲੱਗਦਾ ਨਵਾਂ ਪੰਜਾਬ ਕਿਵੇਂ ਬਣ ਸਕਦਾ ਫਿਰ ਦੇਖੋ ਜੀ ਇੰਜ ਹੈ ਕੈਪਟਨ ਸਾਹਿਬ राष्ट्रवाद से उन्होंनेश्यूज ने कोई डाउट नहीं तो क्वेश्चन करो कर नहीं पाए शायद वो नहीं कर पाए वो कारण होंगे पर इस बारी भारतीय पार, जनता पार्टी होगी ठीक है साढ़े नुड़न न साढ़े असी जो संकल्प पत्र चाह बेदबी बारे नशे बारे नश कन्वर्जन बारे ये वाली सरकार नहीं होगी ਸਾਰੇ ਮੁੱਖ ਮੰਤਰੀ ਜੋ ਵੀ ਹੋਏ ਉਹ ਤੇ ਸਾਡੇ ਪਾਰਲੀਮੈਂਟਰੀ ਵੋਟ ਤੈਅ ਕਰਦੀ ਹੈ ਨਹੀਂ ਉਹ ਤੇ ਪਾਰਲੀਮੈਂਟਰੀ ਵੋਟ ਤੈਅ ਕਰੇਗੀ ਤੁਸੀਂ ਪਹਿਲੇ ਦਾ ਸਵਾਲ ਸੀ ਸਾਰਿਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਰਾਈਟ ਆਫ ਕਰਤਾ ਸੀ ਕਿਉਂਕਿ ਸ਼ੁਰੂਆਤ ਤੁਹਾਡੇ ਵੱਲੋਂ ਹੋਈ ਸੀ ਕਿ ਅਸੀਂ ਦਲਿਤ ਮੁੱਖ ਮੰਤਰੀ ਬਣਾਂਗੇ ਤਾਂ ਹੁਣ ਉਸੇ ਨਹੀਂ ਦੇਖੋ ਉਹਦੇ ਉੱਤੇ ਕਾਇਮ ਹੈਗੀ ਉਹ ਕਿ ਦਲਿਤ ਮੁੱਖ ਮੰਤਰੀ ਰਹੂਗਾ ਦੇਖੋ ਅਸੀਂ ਇਹ ਜਿਹੜੀ ਸਟੇਟਮੈਂਟ ਹੈ ਅਸੀਂ ਕਿਨੇ ਕਿਸੇ ਸਾਡੇ ਲੀਡਰ ਨੇ ਕੀਤੀ ਸੀਗੇ ਸਾਡੀ ਹਮੇਸ਼ਾ ਲਾਈਨ ਇਹ ਰਹੀ ਹੈ ਸਾਡਾ गठबंधन हैगा असी इस पर चर्चा करा पार्लीमेंटरी बोर्ड तो पार्लीमेंटरी बोर्ड तय करेगा कि कौन सा कैप्टन साहब न भी डिस्कशन करा देखो एक चीज़ मान के चलो इस वक्त जो इशूज है आने वाले दस तरीक के चुनाव में यह पुराने इशूज़ नहीं नेू यह हैगा कि कौन इंस्ट्रूमेंट बनेगा रिफॉर्म तो चेंज के बारे ਇਹ ਜਿਹੜਾ ਸਾਡਾ ਸੰਕਰਤ ਪੱਤਰ ਹੈਗਾ ਸਾਡਾ ਸਾਂਝਾ ਹੈਗਾ ਤਿੰਨੋਂ ਦਾ ਉਹਦੇ ਜ਼ੀਰੋ ਟੋਲਰੈਂਸ ਹੈਗੀ ਪੁਰਾਣੇ ਸਟਾਈਲ ਨਾਲ ਇਹ ਉਹ ਅਕਾਲੀ ਨਹੀਂ ਨੇ ਸਾਡੇ ਨਾਲ ਜਿਹੜੇ ਛੱਡ ਗਏ ਨੇ ਤੇ ਕੈਪਟਨ ਸਾਹਿਬ ਵੀ ਕੈਪਟਨ ਸਾਹਿਬ ਨੇ ਕਿਹਾ ਸੀ ਉਸ ਪ੍ਰੈਸ ਕਾਨਫਰੰਸ ਵਿੱਚ ਕਿ ਮੈਨੇ ਤੋ ਮੈਂ 363000 63000 ਨੂੰ ਅੰਦਰ ਕਰਤਾ ਉਹਨਾਂ ਨੇ ਇਹ ਵੀ ਕਹਿ ਐਸੀ ਜਦੋਂ ਬਾਕੀ ਚੀਜ਼ਾਂ ਦੀ ਗੱਲ ਹੁੰਦੀ ਹੈ ਸੈਂਡ ਮਾਫੀਆ ਤੇ ਉਹ ਕਹਿ ਰਹੇ ਸੀ ਕਿ ਸੋਨੀਆ ਜੀ ਨੇ ਉਹਨਾਂ ਨੂੰ ਪੁੱਛਿਆ ਤੋ ਉਹਨਾਂ ਨੇ ਲਿਸਟ ਭੇਜੀ ਉਹਨਾਂ ਨੂੰ ਤੁਹਾਡੇ ਬੰਦੇ ਹੈਗੇ ਸਾਹਿਬ ਕਹਿੰਦੇ ਉਹ ਲਿਸ ਤੁਸੀਂ ਸੰਭਾਲ ਕੇ ਰੱਖੀ ਹੋਈ ਹੈ ਆਫਟਰ ਇਲੈਕਸ਼ਨ ਜਦੋਂ ਜੋੜ ਤੋੜ ਹੋਗਾ ਤਾਂ ਉਸ ਦੇ ਵਿੱਚ ਇਸਤੇਮਾਲ ਜਿਹੜਾ ਹੈਗਾ ਉਹ ਫਿਰ ਉਸ ਲਿਸ ਦੇ ਹਿਸਾਬ ਦੇ ਨਾਲ ਕੀਤਾ ਜਾਊਗਾ ਦੇਖੋ ਇੰਜ ਜਗਾ ਇੰਜ ਜਗਾ ਇਸ਼ੂਸ ਕਲੀਅਰ ਹੈਗੇ ਆਬਜੈਕਟਿਵ ਕਲੀਅਰ ਹੈਗੇ ਪੰਜਾਬ ਇਸ ਤਰੀਕੇ ਨਹੀਂ ਚੱਲ ਸਕਦਾ ਤੇ ਮੈਂ ਤੁਹਾਨੂੰ 100% ਕੌਨਫੀਡੈਂਸ ਨਾਲ ਕਹਾਂ ਨਾ ਇੱਥੇ ਪੋਲੀਟੀਕਲ ਡਿਸਪੈਂਸੇਸ਼ਨ ਬਦਲੇਗੀ ਨਾ ਆਮ ਆਦਮੀ ਪਾਰਟੀ ਕੋ ਦਾ ਚਿਹਰਾ ਹੈਗਾ ਉਹਨਾਂ ਨੇ ਨਸ਼ੇ ਵਾਸਤੇ ਦਿੱਲੀ ਚ ਕੀ ਕੀਤਾ 21 ਦਿਨ ਹੁੰਦੇ ਸੀ 365 ਚ ਜਿਹੜੇ ਡਰਾਈਡਨ ਸੀਗੇ ਉਹ ਤਿੰਨ ਰਹਿ ਗਏ ਪਰ ਉਹਦਾ ਪ੍ਰਚਾਰ ਦਿੱਲੀ ਮਾਡਲ ਦਾ ਹੀ ਕਰ ਰਹੇ ਨੇ ਕਹਿ ਰਹੇ ਨੇ ਕਿ ਅਸੀਂ ਸਿੱਖਿਆ ਸਿੱਖਿਆ ਦੇ ਵਿੱਚ ਸੁਧਾਰ ਲੈ ਕੇ ਆਵਾਂਗੇ ਅਸੀਂ ਸਿਹਤ ਦੇ ਵਿੱਚ ਸੁਧਾਰ ਲੈ ਕੇ ਆਵਾਂਗੇ ਟਿਕਟ ਵਨਿਜ ਪੈਸੇ ਲੈਣੇ ਰੈਜ਼ੀਡੈਂਸ਼ੀਅਲ ਕਲੋਨੀਆਂਜ਼ ਇਚ ਸ਼ਰਾਬ ਦੇ ਠੇਕੇ ਖੋਲਣੇ ਤੁਸੀਂ ਦਿੱਲੀ ਮਾਡਲਸ ਰਾਜ ਸਾਹਿਬ ਮੈਨੂੰ ਪਤਾ ਨਹੀਂ ਤੁਸੀਂ ਤੁਹਾਡਾ ਦਿੱਲੀ ਨਾਲ ਕਿੰਨਾ ਪ੍ਰਚਾਰ ਮਾਦਾ ਰਹਿਣਾ ਦਿੱਲੀ

मनु किसी ने आज पूछा अंग्रेजी इंटरव्यू कांग्रेस पार्टी का टर्मिनल डिक्लाइन। टर्मिनल डिक्लाइन मतलब आपको जिम्मेवारी दी है उत्तर प्रदेश की तो पता लग जाएगा थोड़े दिनों में कितनी आपकी वहां पे आ, आ, सपोर्ट है नहीं मैं कुछ और कहना चाहता हूँ मैं ये कहना चाहता हूँ कि कांग्रेस पार्टी नेशनल लेवल पे तो टर्मिनल डिक्लाइन में है उसके कई कारण हैं एक कारण यह हैगा कि जो आपस जहाँ का सिविल वॉर हो रहा वो तो पंजाब स्पेसिफिक हो सकता चन्नी वर्सिज सिद्धू वर्सिज जाखर वर्सिज जो भी है वो एक तरीफ उन्होंने एक के लिया दूजा एक होर बड़ा सीरियस मामला वो ये हैगा कि लोग पार्टी डिसिपलिन बिलीव ही नहीं करते ਜੋਰਾਵੰਦਾ ਸਵੇਰੇ ਉੱਠਦਾ ਉਹ ਇੱਕ ਸਟੇਟਮੈਂਟ ਦੇ ਦਿੰਦਾ ਠੀਕ ਹੈ ਹੁਣ ਸਾਡੇ ਵਾਸਤੇ ਬੜੀ ਪ੍ਰੋਬਲਮ ਹੈਗੀ ਤੁਹਾਡੇ ਜੇ ਬਰਿਸ਼ ਪੱਤਰਕਾਰ ਸਾਨੂੰ ਇੰਟਰਵਿਊ ਕਰਦੇ ਨੇ ਫਿਰ ਸੂਜੀ ਜਾਨ ਪੁੱਛ ਤੁਹਾਡੀ ਕੀ ਥੀ ਵਿਊ ਹੈ ਤੇ ਮੈਂ ਕਿਹਾ ਉਹ ਬੇਫਕੂਰੀ ਦੀ ਸਟੇਟਮੈਂਟ ਕਿਸੇ ਨੇ ਨੋਟ ਵੀ ਨਹੀਂ ਲਿਆ ਪਰ ਤੁਸੀਂ ਮਨੂੰ ਪੁੱਛੋਗੇ ਮੈਂ ਉਹਦੇ ਤੇ ਰਿਐਕਸ਼ਨ ਦੇਗਾ ਤੇ ਉਹ ਡਿਗਨੀਫਾਈ ਹੋ ਜਾਏਗੀ ਤੇ ਇਸ ਲਈ ਮੈਂ ਇਹਨੂੰ ਛੱਡਦਾ ਆਮ ਆਦਮੀ ਪਾਰਟੀ ਕਾਂਗਰਸ ਵਿੱਚ ਕੀ ਹੋ ਰਿਹਾ ਉਹਨੂੰ ਛੱਡੋ ਕਿਸਾਨਾਂ ਦਾ ਨਵਾਂ ਦਲ ਬਣੇ ਉਹਨੂੰ ਛੱਡੋ ਮੈਂ ਇਹ ਕਹਿ ਰਿਹਾ ਕਿ ਇਸ ਵਕਤ ਨੈਸ਼ਨਲ ਆਲਟਰਨੇਟਿਵ ਭਾਜਪਾ ਦਾ ਕੋਈ ਹੋਣਾ ਚਾਹੀਦਾ ਸਾਡੇ ਵਾਸਤੇ ਵੀ ਚੰਗਾ ਹੋਏਗਾ ਤੁਸੀਂ ਕਾਂਗਰਸ ਨੂੰ ਨਹੀਂ ਮੰਨਦੇ ਯਾਰ 2014 ਤੇ 2019 ਦੇ ਚੋਣ ਮਿਲਾ ਕੇ ਉਹਨਾਂ ਦੀ 100 ਸੀਟਾਂ ਨਹੀਂ ਬੰਦੀਆਂ ਅਜਾ ਤੁਸੀਂ ਕਹਿੰਦੇ ਮੈਂ ਨਹੀਂ ਮੰਨਦਾ ਕਿਉਂਕਿ ਮੈਂ ਤਾਂ ਭਾਜਪਾ ਅਭੀਅਸ ਭਾਰਤੀ ਜਨ ਭਾਜਪਾ ਦਾ ਤੁਸੀਂ ਮੰਨਦੇ ਹੋ ਤੁਸੀਂ ਮੰਨਦੇ ਹੋ ਨੈਸ਼ਨਲ ਆਲਟਰਨੇਟਿਵ ਇਹਨਾਂ ਨੇ ਕੇਰਲਾ ਚੋਣ ਲੜਿਆ ਇੱਕ ਸੈਟਾ ਵਾਲਾ ਇਸ ਨਾਂ ਵੈਸਟ ਬੰਗਾਲ ਇਜ਼ ਅਲਾਈ ਅਲਾਈ ਇਨ ਦਾ ਆਪੋਜ਼ਿਟ ਸੀਗੇ ਪਰ ਯਾਰ ਇਹ ਤੁਹਾਡੀ ਵਿਚਾਰਧਾਰਾ ਕਿੱਥੇ ਆ ਉਹ ਮੇਰਾ ਇੱਕ ਦੋਸਤ ਹੈ ਬੜੀ ਇੰਟਰਸਟਿੰਗ ਗੱਲਾਂ ਕਰਦਾ ਬੜਾ ਪੋਲਿਟਿਕਲ ਹੈ ਮੈਂ ਕਿਹਾ ਤੁਸੀਂ ਰਾਜਨੀਤੀ ਨਹੀਂ ਆ ਰਹੇ ਹੋ ਕਹਿੰਦਾ ਮੈਂ ਸੋਚ ਰਿਹਾ ਮੈਂ ਕਿ ਕੀ ਮਤਲਬ ਸੋਚ ਰਹੇ ਹੋ ਕਹਿੰਦਾ ਯਾਰ ਰਾਹੁਲ ਗਾਂਧੀ ਬੁਲਾ ਕੇ ਮੈਨੂੰ ਡਾਇਰੈਕਟਲੀ ਦੇ ਦੇ ਯਾ ਮਨੂ ਮੋਦੀ ਜੀ ਬਲਾਨ ਉਹ ਮੈਂ ਕਿ ਤੇਰੀ ਪੋਲਿਟਿਕਲ ਆਈਡੀਓਲੋਜੀ ਕਿੱਥੇ ਹੈ ਯਾਰ ਇਹ ਪੰਜਾਬ ਵਿੱਚ ਹੁਣ ਪੀਪਲ ਵਿਲ ਹੈਵ ਟੂ ਸਟੈਂਡ ਅਪ ਟੂ ਬੀ ਕਾਊਂਟਡ ਕੀ ਵਾਟ ਡੂ ਯੂ ਸਟੈਂਡ ਫੋਰ ਸਭ ਨੇ ਕਿਹਾ ਪੰਜਾਬ ਮੇ ਬੜੀ ਪੰਜਾਬ ਬੌਂਡ ਸਟੈਂਡ ਅਰੇ ਅਸੀਂ ਵੀ ਕਹਿੰਦੇ ਪੰਜਾਬ ਬੌਂਡ ਸਟੈਂਡ ਮੈਂ ਉਸ ਵਨ ਉਹਦੇ ਬੀਜਾਪੀ ਕੀ ਕਰੇਗਾ ਮੈਂ ਕਹਾਂ ਤੁਸੀਂ ਅਸੀਂ ਸੰਕਲਪ ਪੱਤਰ ਲਿਆਵਾਂਗੇ ਉਹਦੇ ਪੂਰਾ ਰੋਡ ਮੈਪ ਹੋਏਗਾ ਉਹੀ ਹੋ ਰਿਹਾ ਹੁਣ ਅੱਜ ਜਿਹੜਾ ਅਸੀਂ ਬੜਾ ਡਿਟੇਲਡ ਪਹਿਲੇ 4 ਤਰੀਕ ਨੂੰ ਕਿਤਨਾ ਸੀ ਫਿਰ 8 ਨੂੰ ਅੱਜ ਡਿਟੇਲ ਕੀਤਾ ਉਹਦੇ ਅਸੀਂ ਇੰਡਸਟਰੀ ਵਾਸਤੇ ਕੀ ਕਰਾਂਗੇ ਅਸੀਂ ਮਹਿਲਾ ਸ਼ਸ਼ਕਤੀਕਰਨ ਵਾਸਤੇ ਕੀ ਕਰਾਂਗੇ ਅਸੀਂ कल्चर वास्ते की करेंगे सारा लिखे बड़ी डिटेल्ड में जिक्र ਕੀਤਾ ਕਿ ਕਾਂਗਰਸ ਡਿਕਲਾਈਨ ਦੇ ਉੱਤੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਕ ਜਿਹੇ ਇਕੱਲੇ ਉਮੀਦਵਾਰ ਹੈਗੇ ਨੇ ਜਿਹੜੇ ਇਸ ਵੇਲੇ ਸਭ ਤੋਂ ਵੱਧ ਪੜੇ ਲਿਖੇ ਨੇ ਪੀ ਐਚ ਡੀ ਕਰ ਰਹੇ ਨੇ ਔਰ ਉਹਨਾਂ ਦਾ ਟਾਪਿਕ ਵੀ ਇਹੀ ਹੈਗਾ ਡਿਕਲਾਈਨ ਇਨ ਕਾਂਗਰਸ ਚੰਨੀ ਨੂੰ ਬਤੌਰ ਸੀਐਮ ਚਿਹਰਾ ਕਿਵੇਂ ਵੇਖਦੇ ਹੈਗੇ ਲੱਗਦਾ ਚੁਣੌਤੀ ਰਹੇਗੀ ਕਿਉਂਕਿ ਦਲਿਤ ਵੋਟ ਇੱਕ ਬਹੁਤ ਵੱਡਾ ਇਫੈਕਟ ਰੱਖਦਾ ਹੈਗੀ ਹੈ ਪੰਜਾਬ ਦੀ ਸਿਆਸਤ ਦੇ ਉੱਤੇ ਜੋ ਇੱਕ ਕਾਰਡ ਖੇਡਿਆ ਜਾ ਰਿਹਾ ਵਕੁ ਵਕ ਪਾਰਟੀਆਂ ਦੇ ਵੱਲੋਂ ਦੇਖੋ ਦਲਿਤ ਚਿਹਰਾ ਇੱਕ ਚੀਜ਼ ਹੈ ਦਲਿਤ ਕਾਰਡ ਦੂਜੀ ਚੀਜ਼ ਹੈ ਸਾਡੇ ਵੀ ਬੜੇ ਦਲਿਤ ਕੈਂਡੀਡੇਟਸ ਅਗੇ ਸਾਡਾ ਅਮਰitsar ਈਸਟ ਦਾ ਜਿਹੜਾ ਕੈਂਡੀਡੇਟ ਹੈ ਜਿਹੜਾ ਦਲਿਤ ਪਰ ਅਸੀਂ ਉਹਨੂੰ ਇਹ ਨਹੀਂ ਕਰਦੇ ਕਿ ਇਹ ਦਲਿਤ ਕੈਂਡੀਡੇਟ ਹੈ ਅਸੀਂ ਕਹਿੰਦੇ ਆ ਪੜਿਆ ਲਿਖਿਆ ਸਾਫ਼ ਚੰਗੀ ਛਵੀ ਦਾ ਆਦਮੀ ਹੈ ਪੰਜਾਬ ਜੋ ਉਤਪਦਾਸ਼ ਹੋਈ ਸੀ 22 ਸਾਲ ਪੰਜਾਬ ਵਿੱਚ ਰਿਹਾ ਫਿਰ ਹਾਇਸਟ ਟਾਈਮ ਧਿਆਨ ਦਿੱਤਾ ਫਾਦਰ ਸਾਹਿਬ ਵੀ ਉਹਦੇ ਪੀਸੀਐਸ ਅਫਸਰ ਸੀਗੇ ਹਾਇਸਟ ਆ ਗਏ ਪਟਿਆਲੇ ਤੇ ਗੁਰਦਾਸਪੁਰ ਡੀਸੀ ਵੀ ਰਹੇ ਨੇ असं तो नहीं कहते दलित कैंडीडेट असं कहते सा बीजेपी का कैंडीडेट है एंड पढ़िया लिखे है वह भी डॉक्टर द टाइटल है उन्हें इंटरैशनल अवार्ड भी मिले ने मैं तो विरोधी कहते कि बड़ा कमजोर उम्मीदवार सिद्धू और मजिठिया ही टक्कर उतार दता कोई स्ट्रोंग कैंडीडेट होना चाहिए सी पैराशूट कैंडीडेट क्यों के उतारे गया देखो पहले पैराशूट की गल है गल कर मैं भी कहते सर हाँ मैं भी कहें तो मैं सतारा दिन मैं एक फोर्टी वन परसेंट वोट लै ਕੌਣ ਕਿਸ ਨੇ ਪੁੱਛਿਆ ਕਿ ਯਾਰ ਅਮਰitsar ਜਿਹੜਾ ਸੀਟ ਹਾਰਦਾ ਉਹ ਮੰਤਰੀ ਬਣ ਜਾਂਦਾ ਮੈਂ ਕਿਹਾ ਇਹ ਪਤਾ ਨਹੀਂ ਉਹਦੀ ਕੀ ਕੋਰਿਲੇਸ਼ਨਸ਼ਿਪ ਹੈਗੀ ਕਿ ਨਹੀਂ ਦੇਖੋ ਇੰਜ ਜਦੋਂ ਵੀ ਚੋਣ ਆਉਂਵਿਚ ਕੋਈ ਨਿਆ ਚਿਹਰਾ ਲਿਆਉਗੇ ਉਹ ਹੀ ਕਿਸੇ ਪਿੱਟੇ ਬੰਦੇ ਕੋਈ ਆਏਂਦਨ ਸਾਡੇ ਦੋ ਵਾਰ ਇਲੈਕਸ਼ਨ ਆ ਰਿਹਾ ਤੇ ਉਹ ਤਾਂ ਅਕਾਲੀ ਦਲ ਦੇ ਨਾਲ ਅਲਾਈਅੰਸ ਸੀਗਾ ਉਹ ਤਾਂ ਅੱਜ ਤੁਸੀਂ ਚੋਣ ਆ ਅਕਾਲੀ ਦਲ ਨਾਲ ਸਾਡਾ ਅਲਾਈਅੰਸ ਜੀਟੀ ਸਾਹਿਬ ਦੇ ਸੀਗਾ ਮੈਂ ਖੁੱਲਾ ਕਹਨਾ ਅਕਾਲੀ ਦਲ ਕਦੀ ਚਾਂਦੀ ਨਹੀਂ ਹੈ ਕਿ ਭਾਜਪਾ ਦਾ ਕੈਂਡੀਡੇਟ ਖੜਾਵੇ ਲੱਗਦਾ ਤੁਹਾਡੀ ਹਾਰ ਦੇ ਪਿੱਛੇ ਵੀ ਉਹਨਾਂ ਦਾ ਹੀ ਵੱਡਾ ਕਾਰਨ ਸੀ ਮੇਰੀ ਹਾਲਤ ਮੈਨੂੰ ਲੱਗਦਾ ਹੈ ਕਿ ਮੈਦਾ ਕਹਿ ਰਹੇ ਸਾਈਬਰਟੈਕ ਕੀਤਾ ਉਹਨਾਂ ਨੇ ਮੈਂ ਉਸ ਵਕਤ ਵੀ ਕਹਿੰਦਾ ਸੀਗਾ ਤੇ ਤਾਂ ਚੋਣ ਹੋ ਰਹੀ ਸੀ ਤਦ ਵੀ ਕਹਿੰਦਾ ਸੀਗਾ ਬੜੇ ਲੋਕਾਂ ਨੇ ਕੀਤਾ ਸਿਰਫ ਅਕਾਲੀਆਂ ਨੇ ਨਹੀਂ ਕੀਤਾ ਕਿ ਉਹ ਬਰਦਾਸ਼ਤ ਹੀ ਨਹੀਂ ਕਰਦੇ ਕਿ ਨਵਾਂ ਚਿਹਰਾ ਆ ਰਿਹਾ ਹੈ ਤੇ ਹੁਣ ਖੁੱਲਾ ਮਹਿਸੂਸ ਕਰ ਰਿਹਾ ਹਾਂ ਜਦੋਂ ਮੈਂ ਖੁੱਲਾ ਮਹਿਸੂਸ ਕਰਾਂ ਬੀਜੇਪੀ ਬੀਜੇਪੀ ਦੀ ਮੈਂ ਗੱਲ ਕਰ ਰਿਹਾ ਹਾਂ ਬੀਜੇਪੀ ਬੜੇ ਮਜ਼ੇਚ ਹੈ ਬੀਜੇਪੀ ਬੜੇ ਮਜ਼ੇਚ ਹੈ ਉਹਨੋਂ ਕੋਈ ਤੁਹਾਡੇ ਤੇ ਪ੍ਰੈਸ਼ਰ ਹੀ ਨਹੀਂ ਹੈਗਾ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ जो तो मैं अमृतसर का इलेक्शन हारिया ना थोड़ा जाट वास्तव अफसोस है फिर मैं क्या बहुत चंगा रिजल्ट होया क्योंकि हूँ मैं जो अमृतसर वास्ते करा इसलिए नहीं करा मैं इलेक्टिड हाँ जो तो महामारी के दौरान असी इकताली इक ऑक्सीजन प्लांट्स अमृतसर लगवाए तो मैंने गुरजोत औजला जी ने थैंक्स किया अमृतसर साहब उन्होंने थैंक्स किया मेरी पार्टी वाले को शायद कई पता भी नहीं है देखो अगर ती ਗੁਰੂ ਦੀ ਨਗਰੀ ਤੋਂ ਟਿਕਟ ਮਿਲਣਾ ਮੈਂ ਸਮਝਦਾ ਬੜਾ ਵੱਡਾ ਪ੍ਰਿਵੀਲੇਜ ਆ ਜੀ ਹਾਰੋ ਜਿੱਤੋ ਤੁਹਾਡਾ ਸੰਬੰਧ ਬਣ ਗਿਆ ਤੁਸੀਂ ਉਹਦੇ ਬਾਅਦ ਜੋ ਕਰੋ ਤੁਸੀਂ ਆਪਣੀ ਤਰਫੋਂ ਕਰ ਰਹੇ ਹੋ ਮੇਰੇ ਕੋ 15 20 పేਡ ਦਾ ਪ੍ਰਿੰਟ ਆਊਟ ਹੈ ਕਿ ਅਸੀਂ ਅੰਮ੍ਰਿਤਸਰ ਸਾਹਿਬ ਆਸੇ ਕੀ ਕੀ ਕੀਤਾ ਠੀਕ ਹੈ ਇਸ ਲਈ ਮਨੁੱਖ ਇੱਕ ਤਰਫ ਚੰਗਾ ਲੱਗਿਆ ਕਿ ਇਲੈਕਸ਼ਨ ਹੈ ਕੋਈ ਜਿੱਤਦਾ ਕੋਈ ਹਾਰਦਾ ਪਰ ਅਸੀਂ ਕੰਮ ਕਰਨਾ ਤਾਂ ਨਹੀਂ ਬੰਦ ਕਰ ਦਿਆਂਗੇ उटसाइडर पैराशूटॉपर तो पैराशूटपुर आएतर ईस्ट हल्का ही नहीं है मजिठा है तो तो एक दिन ताना मारिया तिना ही दम है तो लड़ ल ला तू ठीक है कमाल है यारमाल है ये कितों आया है सिद्धू ए तो पटियाले ਜਮਿਆ ਪਲੇਆ ਪੰਜਾਬ ਵਿੱਚ ਹੈ ਆਏ ਸਫਸਲ ਬਣਿਆ ਦੇਖੋ ਕਦੀ ਕਦੀ ਉਹ ਸਾਡੀ ਪੰਜਾਬੀ ਚ ਕਹਾਵਤ ਹੈ ਮੈਨੂੰ ਪਤਾ ਨਹੀਂ ਤੂੰ ਲੋਕ ਕਹਿੰਦੇ ਮੈਨੂੰ ਪੰਜਾਬੀ ਨਹੀਂ ਆਉਂਦੀ ਮੈਨੂੰ ਕਦੀ ਕਦੀ ਯਾਦ ਆ ਜਾਂਦੇ ਨੇ ਕੁਹਾਵਰੇ ਗੱਲ ਕਹਿੰਦੀ ਹੈ ਤੂੰ ਮਾਨੂੰ ਮੂੰcho ਕੱਢ ਉਹਦੇ ਬਾਅਦ ਮੈਂ ਤੈਨੂੰ ਸ਼ੈਰੋ ਕੱਢ ਇਹ ਗੱਲ ਕਹਾਵਤ ਹੈ ਕਿ ਨਹੀਂ ਹੈ ਹਾਂ ਮਨੂੰ ਮੇਰੀ ਗ੍ਰੈਂਡਮਦਰ ਕਹਿੰਦੀ ਹੁੰਦੀ ਸੀ ਮੇਰੇ ਮਦਰ ਵੀ ਦੇਖੋ ਲੋਕ ਐਸੀਆਂ ਐਸੀਆਂ ਸਟੇਟਮੈਂਟਸ ਕਰ ਜਾਂਦੇ ਨੇ ਕਿਨੂੰ ਕੱਢਣਗੇ ਲੋਕ ਅੰਮ੍ਰਿਤਸਰ ਇਸ ਵਾਲੇ ਸਿੱਧੂ ਨੂੰ ਕੱਢਣਗੇ ਜਾਂ ਮਜੀਠੀਆ ਨੂੰ ਕੱਢਣਗੇ ਮੈਂ ਤੁਹਾਨੂੰ ਦੱਸ ਰਿਹਾ ਸਾਡੇ ਕੈਂਡੀਡੇਟ ਤੁਸੀਂ ਕਹਿੰਦੇ ਦੇਖੋ شریف ਆਦਮੀ ਹੈ ਮਤਲਬ ਕੁਆਇਰਟ ਹੈਗਾ ਪਰ ਇੰਨਾ ਵੀ ਉਹ شریف ਨਹੀਂ ਕਿ ਉਹਨੂੰ ਪੋਲਿਟੀਕਲ ਰਿਐਲਿਟੀ ਪਤਾ ਨਹੀਂ ਹੈ ਆ ਜੋ ਮਿਸਿਸ ਰਾਜੂ ਦੇ ਕੋਈ ਮਜੀਠੀਆ ਦੇ ਕਿਸੇ ਬੰਦੇ ਨੇ ਕੁਝ ਉਹ ਬਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗੱਡੀ ਦਾ ਉਹ ਕੋਈ ਚਾਬੀ ਲਾ ਗਿਆ ਤਰਨਾ ਤੇ ਬੈਠ ਗਿਆ पॉलिटिकल आदमी है देखो उन्हें भी पॉलिटिक्स देखी हुई है तो मैं समझना कि अंडर अंडरएसटीमेट नहीं करना चाहिए एक तो अड़ा पत्रकार हैगा वो, वो एक रंधावा जी टी वी इंटरव्यू वो कहता एक कैंडिडेट है पिंटो पिंटो मैं उन्हें पूछया उनो मैं मिल गया किसी इंटरैक्शन मैं कह जी थी, पिंटू ठीक तरह कहना जी तो काफ़ी स्ट्रोंग कैंडिडेट है वो पिंटू हरवा देगा अनिल जोशी को मैं नहीं कह रहा कौन जीतेगा ਪਿੰਟੋ ਲਾਈਟ ਕੈਂਡੀਡੇਟ ਨਹੀਂ ਹੈ ਅਸੈਸਮੈਂਟ ਕੀ ਕਰ ਰਹੇ ਹੋ ਕਿ ਨਹੀਂ ਦੇਖ ਰਹੇ ਹੋ ਪੰਜਾਬ ਦੇ ਵਿੱਚ ਬੀਜੇਪੀ ਦੀ ਤੁਹਾਨੂੰ ਕੀ ਅਸੈਸਮੈਂਟ ਨਜ਼ਰ ਆ ਰਹੀ ਦੇਖੋ ਇਹ ਇਹ ਜਿਹੜਾ ਨਾ ਕੈਲਕੂਲੇਸ਼ਨ ਦਾ ਸੌਦਾ ਇਹ ਜਲਦੀ ਨਹੀਂ ਕਰਨਾ ਚਾਹੀਦਾ ਕੋਈ ਇਸ ਲਈ ਕਿਉਂਕਿ ਐਸ ਵੀ ਸਪੀਕ ਪੋਲਿਟੀਕਲ ਫੋਰਸਸ ਆਰ ਟੇਕਿੰਗ ਸ਼ੇਪ ਸਾਡੇ ਅਸੀਂ ਬੜੇ ਫੋਰਚੂਨੇਟ ਆ ਜਦੋਂ ਸਾਡਾ ਚੋਣ ਹੁੰਦਾ ਹੈ ਅਸੀਂ ਸਾਰੇ ਇੱਕਦਮ ਲੱਗ ਜਾਂਦੇ ਆ ਇਸ ਵਕਤ ਪਤਾ ਨਹੀਂ ਮੇਰੇ ਕੈਬਨਟ ਦੇ ਸਾਥੀ ਕਿੰਨੇ ਇੱਥੇ ਹੈਗੇ ਕੱਲ ਅਮਿਸ਼ਾ ਜੀ ਆ ਰਹੇ ਨੇ पहले वो स्मृति रानी जी से जनरल वीके सिंह है सोम प्रकाश है सारे फिर रहे हैं मनु तो जिथे मैं जाना उ इंटरक्शन का पता है मैं सवार सवेरे गुरुद्वारा साहब गया बाद कुलचा दे। देखो प्रेस की किन्ना कि उस वक्त इंटरेस्ट है मेरे च इंटरस्ट है भारतीय जनता पार्टी इंटरेस्ट है बाकी चुनाव इंटरेस्ट है वो तो पता लगेगा जदों इस वक्त इशूज डिफाइन हो रहे हैं पर मैं तुम एक ही चीज़ कह 73 ਸੀਟਾਂ ਅਸੀਂ ਲੜ ਰਹੇ ਹਾਂ ਅਗਰ ਸੀ ਉਹਦੇ ਚੋਂ ਅਧੀਆਂ ਜਿੱਤ ਜਾਈਏ ਸਾਡੀ ਸਰਕਾਰ ਬਣ ਜਾਏਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਹੇ ਨੇ ਹਮੇਸ਼ਾ ਆ ਰਹੇ ਨੇ ਜਿਵੇਂ ਤੁਸੀਂ ਜ਼ਿਕਰ ਕੀਤਾ ਅਸੀਂ ਕੁਝ ਬੋਲਦੇ ਆ ਤਾਂ ਉਹ ਚੀਜ਼ਾਂ ਬਦਲਦੀਆਂ ਹੋਈਆਂ ਨਜ਼ਰ ਆਉਂਦੀਆਂ ਨਹੀਂ ਪੰਜਾਬ ਨੂੰ ਕਿਹੜੀ ਵੱਡੀ ਸੁਕਾਤ ਹੋਰ ਮਿਲ ਸਕਦੀ ਹੈ ਖਾਸ ਤੌਰ ਦੇ ਤੇ ਬੰਦੀ ਸਿੰਘਾਂ ਦੀ ਜੇਕਰ ਮੈਂ ਰਿਹਾਈ ਦੀ ਗੱਲ ਕਰਾਂ ਹਾਲੀ ਦੇ ਵਿੱਚ ਕੇਜਿੰਦਰ ਸ਼ਿਕਾਵਾਤ ਉਹਨਾਂ ਦੇ ਨਾਲ ਬੰਦੀ ਸਿੰਘਾਂ ਨਾਲ ਮੁਲਾਕਾਤ ਵੀ ਕੀਤੀ ਹੈਗੀ ਹੈ ਮਾਮਲਾ ਭਾਵੇਂ ਤੁਹਾਡੇ ਵੱਲੋਂ ਪਹਿਲਾਂ ਤੋਂ ਹੀ ਉਸ ਨੂੰ ਕਲੀਅਰ ਕਰ ਦਿੱਤਾ ਗਿਆ ਪਰ ਅਜੇ ਵੀ ਉਹ ਜਿਲ੍ਹਿਆਂ ਦੇ ਵਿੱਚ ਨਜ਼ਰਬੰਦ ਨੇ ਤਾਂ ਕਿ ਇਸ ਦੇ ਉੱਤੇ ਕੋਈ ਫੈਸਲਾ ਲਿਆ ਜਾ ਸਕੇ ਦੇਖੋ ਸ਼ਿਕਾਵਾ ਜੀ ਨੇ ਜੋ ਕਹਿਣਾ ਸੀ ਕਹਿ ਦਿੱਤਾ ਚੋਣਾਂ ਦੇ ਦੌਰਾਨ ਮੈਂ ਇਸ ਮੁੱਦੇ ਤੇ ਨਹੀਂ ਕਰਿਆ ਮੈਂ ਜਨਰਲ ਕਹਿ ਰਿਹਾ ਚੋਣਾਂ ਦੇ ਦੌਰਾਨ ਕੁਝ ਵੀ ਤੁਸੀਂ ਸਟੇਟਮੈਂਟ ਦਿਓ ਉਹ ਬੜੀ ক্লোਜ਼ਲੀ ਸਕਰੂਟੀਨਾਈਜ਼ ਹੁੰਦੀ ਹੈ ਅੰਗਰੇਜ਼ੀ ਸਵਾਲ ਪੁੱਛਿਆ ਜਾਂਦਾ ਹੈ ਹੈਵ ਯੂ ਸਟਾਪ ਬੀਟਿੰਗ ਯੋਰ ਵਾਈਫ ਅਗਰ ਉਹਦਾ ਤੁਸੀਂ ਜਵਾਬ ਦਿਓ ਯੈਸ ਇਹ ਤਾਂ ਮੈਸੇਜ ਤੁਸੀਂ ਪਹਿਲੇ ਬੀਟਿੰਗ ਕਰਦੇ ਸੀ ਅਗਰ ਤੁਸੀਂ ਜਵਾਬ ਦਿਓ ਨੋ विदा मतलब ਤੁਸੀਂ ਅਜੇ ਵੀ ਮੀਟਿੰਗ ਕਰਿਓ ਤੇ ਜੋ ਤੁਹਾਡੇ ਸਾਹ ਤੁਹਾਡੇ ਦੇ ਵਰੇਸ਼ ਪਤਰਕਾਰ ਐਂਕਰ ਦੇ ਸਾਹਮਣੇ ਬੈਠ ਕੇ ਆਦਮੀ ਨੂੰ ਹੋਸ਼ ਵਿੱਚ ਹੋਣਾ ਚਾਹੀਦਾ ਇਹ ਮੇਰੀ ਕੋਈ ਆਧੀ 18ਵੀਂ ਜਾਂ 19ਵੀਂ ਇੰਟਰਵਿਊ ਬਟ ਆ ਹਵ ਟੂ ਬੀ ਵੈਰੀ ਕੇਅਰਫੁਲ ਔਨ ਵਾਟ ਆਈ ਸੇ ਮੈਂ ਤੁਹਾਨੂੰ ਸਿਰਫ ਇੱਕ ਕੋ ਯੂ ਵਿਲ ਕੋਟ ਇਟ ਬੈਕ ਟੂ ਮੀ ਉਹ ਮੈਂ ਕਹਣਾ ਗੱਲ ਕਹਿੰਦੀ ਮਨੂੰ ਮੂਛ ਕੱਟ ਫਿਰ ਮੈਂ ਦਨੋ ਸ਼ੇਅਰ ਕਰਦੇ ਨਹੀਂ ਅਸੀਂ ਤੁਹਾਨੂੰ ਸ਼ੇਅਰ ਚ ਰੱਖਣਾ ਨਹੀਂ ਨਹੀਂ ਮੈਂ ਮੈਂ ਨਹੀਂ ਨਹੀਂ ਮੇਰਾ ਇਰਾਦਾ ਵੀ ਹੈ ਦੇਖੋ ਮੇਰੇ ਅੰਮ੍ਰਿਤਸਰ ਸਾਹਿਬ ਨਾਲ बड़ी क्लोज पर्सनल रिलेशनशिप है इमोशनल अगर ऐसी कही है पोलिटिकल अनाड़ी कहेगा मतलब जो तो सुलझा सुलझाया होच्योर पोलिटिकल फिगर होगा कभी वो गल नहीं करेगा अगर असी कही है अस बड़े स्ट्रोंग आ जी साड़ा वर्कर कंपलेसेंट हो जाता है गल मंदे हो नहीं मनते हर एक कैंडीडेट किस लैवल तक पीक करता है पीक दैर इज नॉट डेट यू कीप गोइंग गेटिंग पीक 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 है नो यू पीक एंड देन यू प्लैटो एंड देन यू कम डाउन स्थिति यह है कि अभी बई तेईस सीटा तो ज़्यादा लड़े ही नहीं आदि जेडे रूरल हल्के साड़ी कोई प्रेजेंस है ही नहीं अच मैं अटारी गया बलविंदर कौर है साड़ी टिकट डिस्ट्रीब्यूशन कुछ इधर उधर हो गया तो बलविंदर कौर न अटारी तो लड़ा रहा मैं क्या चंगा चल रहा यार उतर रूरल हल्का है कोई विरोध नहीं हो रहा बड़ी सपोर्ट हो रही है मैं लुधियाने गया मैं जलंधर रहा कैंडिडेट चंगा चल रहे हैं पर मैं भी समझना सही माने जी सा चुनाव है तीन चार दिन पहले शुरू हुई है सार्ड दिपोर्ट आ रही अमृतसर कुछ वे मगरमच्छ खड़े ने उथे वो बड़ी लोगों जो जो कहते अंग्रेजी मार्जिन ऑफ परसुएशन यूज करने की कोशिश कर रहे हैं कुछ लोग सामू कमें फोन किया था हमको धमकी आई है ਆ ਸਾਡੇ ਅਮਰਸਰ ਈਸਟ ਦੇ ਕੈਂਡੀਡੇਟ ਦੀ ਮਿਸਿਸ ਨਾਲੇ ਬਤਮੀਜ਼ੀ ਹੋਈ ਆ ਮੇਰਾ ਸੋਚਣ ਦਾ ਤਰੀਕਾ ਥੋੜਾ ਅਲੱਗ ਹੈਗਾ ਅਗਰ ਕਿਸੇ ਨੂੰ ਕੋਈ ਬੜਾ ਵੱਡਾ ਲੀਡਰ ਹੈ ਅਕਾਲੀ ਦਲ ਦਾ ਕਾਂਗਰਸ ਦਾ ਉਹ ਇਸ ਨੌਬਤ ਤੇ ਪਹੁੰਚ ਕੇ ਆਇਆ ਉਹਨੂੰ ਪਹੁੰਚਣਾ ਪੈ ਰਿਹਾ ਕਿ ਉਹਨੂੰ ਸਾਡੇ ਲੋਕਾਂ ਨੂੰ ਫੋਨ ਕਰਕੇ ਧਮਕੀ ਦੇਣੀ ਪੈ ਰਹੀ ਹੈ ਜਾਂ ਇੰਡਿਊਸਮੈਂਟ ਦੇਣੀ ਆ ਪੈ ਰਿਆਂ ਤਾਂ ਮਤਲਬ ਚੋਣ ਉਹਦਾਤ ਕਮਜ਼ੋਰੀ ਆ ਕੌਨਫੀਡੈਂਟ ਆਦਮੀ ਕਦੀ ਇਹ ਨਹੀਂ ਕਰਦਾ ਮੈਂ ਫੇਰ ਉਹੀ ਸਵਾਲ ਦੇ ਉੱਤੇ ਆ ਨਾ ਬੰਦੀ ਸਿੰਘਾ ਜੀ ਮੈਂ ਜ਼ਿਕਰ ਕੀਤਾ ਸੀਗਾ ਕਿ ਇਸ ਨੂੰ ਲੈ ਕੇ ਕੀ ਸੋਚ ਰਹੀ ਹੈਗੀ ਆ ਭਾਜਪਾ ਕੀ ਸੋਚ ਰਹੀ ਹੈ ਕਿਉਂਕਿ ਮੰਗ ਉੱਠ ਰਹੀ ਹੈ ਕਿ ਕਿਉਂ ਨਹੀਂ ਰਿਹਾਈ ਜਿਹੜੀ ਹੈਗੀ ਹੁਣ ਤੱਕ ਹੋਰੀ ਪ੍ਰੋਫੈਸਰ ਦਵਿੰਦਰ ਪਾਲ ਉਹਨਾਂ ਦਾ ਵੀ ਜ਼ਿਕਰ ਜਿਹੜਾ ਹੈਗਾ ਉਹ ਆਮਾਦੀ ਪਾਰਟੀ ਕੋਲ ਹੋਇਆ ਉਹਨਾਂ ਨੇ ਐਲਜੀ ਦੇ ਉੱਤੇ ਸ਼ਿਫਟ ਕਰ ਦਿੱਤਾ ਕਹਿੰਦੇ ਕਿ ਐਲਜੀ ਦੇ ਕੋਲ ਮੇਰਾ ਮੇਰੇ ਸਿਚੁਏਸ਼ਨ ਇਹ ਹੈ ਜਿਸ ਮੁੱਦੇ ਤੇ ਮਨੂੰ ਜ਼ਿਆਦਾ ਜਾਣਕਾਰੀ ਨਾ ਹੋਵੇ ਖਾਸ ਕਰਕੇ ਚੋਣਾਂ ਦੇ ਦੌਰਾਨ ਮੈਂ ਥੋੜੇ ਆਪਣੇ ਸ਼ਬਦ ਜਿਹੜੇ ਨਾਪ ਤੋਲ ਕੇ ਕਰਨਾ मैं यही कहना जो शेगावर जी ने किया वो ठीक है मैं किसी ने पूछा उस दिन कि आपको क्या नहीं लगता आपका पुराना संबंध था अकाली दल के चुनाव के बाद फिर आपका अलायंस हो जाएगा ये चर्चा भी है, की है। ना ने, ने, मैं जवाब दिता मैं क्या मनु पता सी कि सवाल पूछोगे मैं साभारी ने शिकावत जी गल करके आया उन्होंने कहा कि आपसे पूछा जाए तो एकदम स्पष्ट तरीके से कहिए असंभव है आउट ऑफ द क्वेश्चन इसलिए मैं दसता ऑलरेडी ਕਿਉਂਕਿ ਉਹਨਾਂ ਨੇ ਜੋ ਐਂਟਰਪ੍ਰੈਨਿਓਰial ਕੁਆਲਿਟੀਆਂ ਦਿਖਾਈਆਂ ਜਦੋਂ ਸੱਤਾ ਅੱਗੇ ਉਹਦੇ ਅਸੀਂ ਅੱਜ ਤੱਕ ਪੁੱਛ ਤਰੇਆ ਬਟ ਉਹਨਾਂ ਦੇ ਨਾਲ ਹੀ 75 25 ਦੀ ਗੱਲ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਵੀ ਜੁੜਦੀ ਹੈ ਕਹਿੰਦੇ ਕਿ 75 ਜਦੋਂ ਜਿਹੜੀ ਅਕਾਲੀ ਦਲ ਦੀ ਸਰਕਾਰ ਜੇ ਹੁੰਦੀ ਹੈ ਤਾਂ ਉਹ 75 ਬਣ ਜਾਂਦੀ ਹੈ ਔਰ ਕਾਂਗਰਸ ਦੇ ਵਿੱਚ 25 ਹੋ ਜਾਂਦਾ ਜੇ ਕਾਂਗਰਸ ਆ ਜਾਂਦੀ ਹੈ ਤਾਂ ਉਹ 75 ਹੋ ਜਾਂਦਾ ਔਰ ਦੂਸਰਾ 25 ਉਹਨਾਂ ਦੇ ਜੋ ਰਿਲੇਸ਼ਨ ਜੋ ਮਨ ਨੂੰ ਪਤਾ ਤੁਸੀਂ ਕੀ ਕਹਿ ਰਹੇ ਹੋ ਮੈਂ ਉਸ ਤੋਂ ਦੂਰ ਰਹਿਣਾ ਚਾਹਨਾ ਕੈਪਟਨ ਸਾਹਿਬ ਨੇ ਕਦੀ ਇਹਨਾਂ ਮਾਮਲਿਆਂ 'ਚ ਦੇਖੋ ਰਾਸ਼ਟਰਵਾਦ ਹੈ ਡਾ ਮਾਮਲਾ ਬਿਲਕੁਲ ਕਲੀਅਰ ਹੈ ਬਿਲਕੁਲ ਕਲੀਅਰ ਹੈ ਸਿੱਧੂ ਸਾਹਿਬ ਨੇ ਜਫੀ ਪੱਪੀ ਪੋਲਿਟਿਕਸ ਕੀਤੀ ਐ ਕ੍ਰਾਸ ਬਕਸੇ ਕੈਪਟਨ ਸਾਹਿਬ ਮੈਂ ਉਹਨਾਂ ਦੇ ਨਾਲ ਸੀਗਾ ਕਰ ਡੇਰਾ ਬਾਬਾ ਨਾਨਕ ਤੋਂ ਉਦੋਂ ਬਾਅਦ ਕਰਤਾਰਪੁਰ ਸਾਹਿਬ ਜਿਸ ਜ਼ਿਲ੍ਹੇ ਉੱਤੇ ਕੋਰੀਡੋਰ ਓਪਨਿੰਗ ਤੇ ਗਏ ਸੀਗੇ ਉਹ ਬੱਸ ਜ ਗਿਆ ਤੇ ਕੈਪਟਨ ਸਾਹਿਬ ਨੇ ਨਾਲ ਹੀ ਬੈਠਾ ਸੀ ਮੈਂ ਪ੍ਰਨੀਚੀ ਪ੍ਰਨੀਚੀ ਵੀ ਸੀਗੇ ਮਿਸ ਨਟਵਰ ਸਿੰਘ ਬੜੇ ਬਨੇ ਯਾਰ ਉਹ ਇਮਰਾਨ ਖਾਨ ਆਏ ਗੱਡ ਬੱਸ ਇੱਕ ਉਸ ਦੇ ਆਈ ਕੇ ਅੰਦਰ ਉਹ ਸਾਡਾ ਸਿੱਧੂ ਕਿੱਥੇ ਆ मैं तो हैरान हो गया मैं यार ओपनली गल करें तो मैं कैप्टन साहब न पूछा दिल्ली जो सा पहली प्रेस कॉन्फ्रेंस सांझी हुई है बड़ा इंटरसटिंग सर किसी ने कैप्टन साहब सवाल पूछा कहें ये क्या है उन्हें तो मैं इमरान खान ने तो फोन किया कि इन अपने मंत्रीमंडल लै लो कि अगर वो बिहेव ना करे तो बारिश कट देना तुम सोच सकते हो जितों टैरिजम आती है जितों ड्रग्स ड्रोनते आते हैं

ਅਮਜੀਤਾ ਜੀ ਤੇ ਬਾਕੀ ਸਾਡੀ ਡਿਸਕੰਫਰਟ ਹੈ ਤੇ ਅੱਜ ਜੋ ਹਾਦਸਾ ਹੋਇਆ ਤੇ ਸਾਡੇ ਰਾਜੂ ਸਾਹਿਬ ਤਰਨਾ ਤੇ ਵੀ ਬੈਠੇ ਸੀਗਾ ਫਿਰ ਆਈ ਥਿੰਕ ਕੋਈ ਸਟੇਟ ਗਵਰਨਮੈਂਟ ਦਾ ਅਫੀਸ਼ਰ ਗਿਆ ਉਹਨਾਂ ਨੂੰ ਉਹ ਚਾਰ ਅਸ਼ੋਰੈਂਸਸ ਦੇ ਕੇ ਆਇਆ ਦੇਖੋ ਜੀ ਜੰਗ ਸ਼ੁਰੂ ਹੋਇਆ ਤੁਹਾਡੇ ਨਾਲ ਅਸੀਂ ਮਿਲਦੇ ਰਹਾਂਗੇ ਤੇ ਆਉਣ ਵਾਲੇ ਦਿਨਾਂ ਚ ਕਲੀਅਰ ਹੋ ਜਾਏਗਾ ਕਿ ਕਿਸ ਤਰੀਕੇ ਜਾ ਰਹੀ ਹੈ ਤੇ ਮਨ ਨੂੰ ਲੱਗਦਾ ਹਵਾ ਸਾਡੀ ਤਰਫ ਹੈ ਇਕਿਲਾ ਮੇਰਾ ਸਵਾਲ ਰਹੂਗਾ ਕਿਉਂਕਿ ਰਾਮ ਰਹੀਮ ਇਕੀ ਦਿਨਾਂ ਦੀ ਫਰਲੋ ਦੇ ਉੱਤੇ ਬਾਹਰ ਆਏ ਨੇ ਔਰ ਪੰਜਾਬ ਦੇ ਵਿੱਚ ਜੋ ਡੇਰਾਵਾਦ ਹੈਗਾ ਹੈ ਡੇਰੇ ਬਹੁਤ ਜ਼ਿਆਦਾ ਹੈਗੇ ਨੇ ਔਰ ਵੱਡਾ ਪ੍ਰਭਾਵ ਰੱਖਦੇ ਨੇ ਖਾਸ ਤੌਰ ਦੇ ਤੇ ਮਾਲਵਾ ਦੀ ਜੇਕਰ ਆਪਾਂ ਗੱਲ ਕਰੀਏ 69 ਸੀਟਾਂ ਦੇ ਉੱਤੇ ਡੇਰਾ ਜਿਹੜਾ ਹੈਗਾ ਉਹ ਆਪਣਾ ਹੋਲਡ ਰੱਖਦਾ ਹੈਗਾ ਤਾਂ ਇਹ ਮੰਨਿਆ ਜਾ ਰਿਹਾ ਕਿ ਇਸ ਵਾਰ ਕਿਉਂਕਿ ਕੁੰਜੀਆਂ ਜਿਹੜੀਆਂ ਸੀਗੀਆਂ ਕਹਿੰਦੇ ਭਾਜਪਾ ਦੇ ਕੋਲ ਸੀਗੀਆਂ ਫਰਲੋ ਦਵਾਈ ਹੈ ਔਰ ਫਾਇਦਾ ਜਿਹੜਾ ਹੈਗਾ ਕਹਿੰਦੇ ਡੇਰੇ ਦਾ ਭਾਜਪਾ ਨੂੰ ਮਿਲਣਾ ਮੈਨੂੰ ਕਹੇ ਸਵਾਲ ਪੁੱਛੇਗਾ ਮੈਂ ਇਹ ਜੋ ਹੈ ਮੈਨੂੰ ਉਸ ਚੀਜ਼ ਦੇ ਬਾਰੇ ਜਾਣਕਾਰੀ ਵਾਕਈ ਨਹੀਂ ਹੈ ਮੈਂ ਤੁਹਾਨੂੰ ਨਹੀਂ ਸਾਰੀ ਡਿਟੇਲ ਦੇ ਦਿੱਤੀ ਕਿ ਨਾ ਹੋਲਡ ਹੈਗਾ ਇਹ ਜਿਹੜੀ ਚੰਨੀ ਦੀ ਪਾਂਜੇ ਤੇ ਜਿਹੜੀ ਈਡੀ ਦੀ ਰੇਡ ਹੋਈ ਆ ਮੈਂ ਕਿਹਾ ਸਵਾਲ ਉਹ ਨਹੀਂ ਹੈ ਯਾਰ ਸਵਾਲ ਇਹ ਕਿ ਚੰਨੀ ਦੀ ਕੰਸਟੀਟੂਐਂਸੀ ਚ ਇਹ ਰੇਤੀ ਦਾ ਕੰਮ ਹੋ ਰਿਹਾ ਸੀ ਨਹੀਂ ਹੋ ਰਿਹਾ ਸੀਗਾ ਹੋ ਰਿਹਾ ਸੀਗਾ ਤੇ ਕਿਸੇ ਨੇ ਕੰਪਲੇਨਟ ਕੀਤਾ ਹੈ ਨਹੀਂ ਕੀਤਾ ਕੀਤਾ ਅੱਜ ਕਲੀਨ ਚਿੱਟ ਮਿਲ ਗਈ ਕਹਿੰਦੇ ਚੰਨੀ ਉਹਨਾਂ ਨੂੰ ਉਸੀ ਕਲੀਨ ਚਿੱਟ ਕਿੰਨੇ ਦਿੱਤੀ ਹੈ ਤੇ ਕੀ ਕਹਦਾ ਉਹਨਾਂ ਛੱਡ ਦਿਓ ਮੈਂ ਇੱਕ ਵੀ ਸਟੇਟਮੈਂਟ ਨਹੀਂ ਕੋਨ ਰਹੀ ਹਾਂ ਜੀ ਉਹ 10 ਕਰੋੜ ਰੁਪਏ ਬਟ ਐਦਾ ਐਦਾ ਕਿਉਂ ਭਾਜਪਾ ਤੇ ਇਲਜ਼ਾਮ ਕਿਉਂ ਲੱਗਦੇ ਹੈਗੇ ਫਿਰ ਭਾਵੇਂ ਵੈਸਟ ਬੰਗਾਲ ਦੀ ਚੋਣਾਂ ਹੋਣ ਕਹਿੰਦੇ ਉੱਥੇ ਉਹਦਾ ਉਲਟਾ ਹੁੰਦਾ ਉੱਥੇ ਵੈਸਟ ਬੰਗਾਲ ਦੇ ਸਾਡੇ ਬਾਂਹ ਮਰੋੜੀ ਜਾਂਦੀ ਹੈ ਕਹਿੰਦੇ ਇੱਥੇ ਵੀ ਈਡੀ ਦੇ ਨਾਲ ਹੀ ਬਾਂਹ ਮਰੋੜਦੇ ਨੇ ਇੰਨ ਜਗ੍ਹਾ ਵੈਸਟ ਬੰਗਾਲ ਦੇ ਤੋਂ ਸਾਢੇ ਕਾਰਜਕਰਤਾ ਮਾਰੇ ਜਾਂਦੇ ਨੇ ਇਹ ਬੜੀ ਅਫਸੋਸ ਦੀ ਗੱਲ ਹੈ ਵੈਸਟ ਬੰਗਾਲੇ ਤੋਂ ਹੋ ਰੀ ਚੱਕਰ ਉਹਦੇ ਪੂਰੇ ਸਾਰੇ ਇਨਸਟਰੂਮੈਂਟ ਦੇਖੋ ਜੀ भाजपा एक ऐसी सरकार ने जिस अपनी आ, यूज ही नहीं है। अगर मतलब है कि चुनाव हो रहे ने, गलत काम हो रहा है अरे यार इन्नी वेट है।, है एक ईडी रेट तो मेरे से बदला कदला क्या चक्कर भी जांच आती है पर मन नहीं लगता अगर इतने रेती रेती नशे की डकेती है ਤੋ ਕਾਰਵਾਈ تھوڑا ਨਾ ਰੁਕ جائے گی ਕਿਉਂਕਿ ਚੋਣ ਆ ਰਿਹਾ ਸਰ ਪੀਐਮ ਮੋਦੀ ਆ ਰਹੇ ਨੇ ਔਰ ਉਸ ਤੋਂ ਪਹਿਲਾਂ ਰਵਨੀਤ ਬਿੱਟੂ ਦਾ ਜਦੋਂ ਇਹ ਬਿਆਨ ਆਉਂਦਾ ਹੈ ਕਿ ਚੌਪਰ ਦੇ ਰਾਹੀਂ ਕਹਿੰਦੇ ਕਿ ਇਸ ਵਾਰ ਵੀ ਟ੍ਰੈਵਲ ਕਰ ਲਿਓ ਕਿੱਥੇ ਨਾ ਕਿੱਥੇ ਇਸ ਮੈਂ ਮੈਂ ਤੁਹਾਨੂੰ ਇਸ ਵਾਰੀ ਕਹਿਣਾ ਕਿ ਇਸ ਸਵਾਲ ਤੁਮੇਗਾ ਜਵਾਬ ਦੇਵਾਂਗਾ ਨਾ ਤਾਂ ਮੈਂ ਬਿੱਟੂ ਦੇ ਬਾਰੇ ਕਹਾਂਗਾ ਸਿਕਿਉਰਿਟੀ ਦੇ ਬਾਰੇ ਇਹ ਸਾਰੇ ਜਾਂਚ ਹੋ ਰਹੀ ਹੈ ਆਲਰੇਡੀ ਸੁਪਰੀਮ ਕੋਰਟ ਦੁਆਰਾ ਫਿਰ ਚੈਲੰਜ ਕਰਤਾ ਉਹਨਾਂ ਨੇ ਕਹਿੰਦੇ ਕਿ ਮੈਂ ਇਹੀ ਸੀਐਸ ਕਰੂੰਗਾ ਕਿ ਪੀਐਮ ਮੋਦੀ ਇਸ ਵਾਰ ਫਿਰ ਚੌਪਰ ਦੇ ਰਾਹੀਂ ਆਣ ਜੇ ਸੜਕ ਦੇ ਰਾਹੀਂ ਆਉਣਗੇ ਤਾਂ ਕਹਿੰਦੇ ਵਿਰੋਧ ਹੋ ਸਕਦਾ ਮੈਂ ਇਸ ਲਈ ਕਮੈਂਟ ਕਰਾਂਗਾ ਕਿ ਮੈਂ ਜੋ ਵੀ ਦਿਆਂਗਾ ਇਹਦੇ ਨਾਲ ਥੋੜੀ ਜਿਹੀ ਪ੍ਰੋਮੋਕ ਕਰਨ ਵਾਲੀ ਗੱਲ ਹੋएगी ਬਿੱਟੂ ਜੀ ਬੜੇ ਕਲਰਫੁਲ ਆਦਮੀ ਨੇ ਪਿਛਲੇ ਕੁਝ ਮਹੀਨੇ ਚੁੱਪ ਰਹਿਣਾ ਪਹਿਲੇ ਥੋੜੇ ਉਹ ਬੋਲਦੇ ਸੀਗੇ ਇੱਕ ਦਿਨ ਉਹਨਾਂ ਨੇ ਕਿਹਾ ਕਿ ਤੇ ਮਨੂ ਮੇਰੇ ਰਫਿੰਦੇ ਤੇ ਨਕਲੀ ਸਰਦਾਰ ਖੁਸ਼ ਆਨ ਮਨੂ ਪੰਜਾਬੀ ਨਹੀਂ ਆਂਦੀ ਤੇ ਮੈਂ ਜਦੋਂ ਮਰੀ ਜਿਹੜੀ ਪੰਜਾਬੀ ਆਂਦੀ ਹੈ ਨਾ ਮੈਂ ਆਪਣਾ ਮੇਰਾ ਤਰੀਕਾ ਹੁੰਦਾ ਉਹ ਮੈਸੇਜ ਕਨਵੇ ਕਰਨ ਦਾ ਤੇ ਮੈਂ ਕਹਿੰਦੀ ਪਿੱਛੇ ਨਹੀਂ ਹਟਿਆ ਤੇ ਉਹਨਾਂ ਨੂੰ ਇਹ ਗੱਲ ਸਮਝ ਵੀ ਦੂਰ ਹੋ ਜਾਏਗੀ ਸੋ ਬੀਇੰਗ ਅ ਸਿੱਖ ਲੀਡਰ ਤੁਸੀਂ ਪੰਜਾਬ ਚ ਹੈਗੇ ਹੋ ਭਾਜਪਾ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਸਿੱਖਾਂ ਨੂੰ ਕੀ ਵੱਡੀ ਸੌਕਾਤ ਭਾਜਪਾ ਦੇ ਸਕਦੀ ਹੈ ਜੇ ਸੱਤਾ ਦੇ ਵਿੱਚ ਆਉਂਦੀ ਹੈ 1000 ਕਰੋੜ ਦਾ ਹਾਲਾਂਕਿ ਤੁਸੀਂ ਕਿਹਾ ਕਿ ਅਸੀਂ ਮਹਾਰਾਜ ਤੁਸੀਂ ਦੇਖੋ ਅੱਜ ਜਿਹੜਾ ਸਾਜੀ ਅਚਾਰ ਤਰੀਕ ਦਾ 8 ਤਰੀਕ ਦਾ ਤੇ 12 ਤਰੀਕ ਦਾ ਸਾਡਾ ਸੰਕਲਪ ਪੱਤਰ ਹੈ ਉਹਦੇ ਅਸੀਂ ਸਿੱਖਾਂ ਵਾਸਤੇ ਕੀ ਕਰ ਰਿਹਾ ਕਲਚਰ ਵਾਸਤੇ ਪੰਜਾਬ ਦਾ ਕੀ ਕਰ ਰਿਹਾ ਕਿਸਾਨਾਂ ਵਾਸਤੇ ਕੀ ਕਰ ਰਿਹਾ ਇੰਡਸਟਰੀ ਵਾਸਤੇ ਕਹੋ ਸਾਰਾ ਉਹਦੇ ਸਪਸ਼ਟ ਹੈਗਾ ਮਤਲਬ ਅਨਲ ਬੈਠ ਕੇ ਇੰਡੀਵਿਜੁਅਲ ਪੁਆਇੰਟਸ ਆ ਉਹ ਕਵਰ ਕਰ ਲਾ ਕਿਉਂਕਿ ਆਖਿਰ ਦੇ ਵਿੱਚ ਸੁਨੀਲ ਜਾਖੜ ਇਸ ਦੇ ਉੱਤੇ ਵੀ ਸਵਾਲ ਖੜਾ ਕਰ ਰਹੇ ਨੇ ਕਹਿੰਦੇ ਜੋ ਕਰਨਾਟਕਾ ਦੇ ਵਿੱਚ ਹਜਾਬ ਵਾਲਾ ਹੋਇਆ ਕਹਿੰਦੇ ਪੰਜਾਬ ਦੇ ਵਿੱਚ ਦਸਤਾਰਾਂ ਬੰਨ੍ਹੀਆਂ ਔਖੇ ਕਰ ਦੇਣਗੇ ਭਾਜਪਾ ਮੈਂ ਸਿਰਫ ਪ੍ਰਾਊਡ ਸਿਕਨੀਆਂ ਮੈਂ ਪ੍ਰਾਊਡ ਮੈਂਬਰ ਆਫ ਦ ਬੀਜਪੀ ਆਲਸੋ ਇੱਕ ਵਾਰੀ ਹੂਸਟਨ 에ਅਰਪੋਰਟ ਤੇ ਕਿਸੇ ਨੇ ਮੇਰੇ ਸਾਫਨੋ ਸਿਕਿਉਰਿਟੀ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਕਿਹਾ ਮੈਂ ਨਹੀਂ ਹਿਲਦਾ ਇੱਥੋਂ ਐਂਡ ਆਈ ਪ੍ਰੂਵਡ ਮਾਈ ਪੁਆਇੰਟ ਉਹਨਾਂ ਦੇ ਲਾਜ਼ ਦੂਰੇ ਨਾ ਜਾਖੜ ਸਾਹਿਬ ਨੂੰ ਮੈਨੂੰ ਲੱਗਦਾ ਹੈ ਕੁਝ ਰੈਲੇਵੈਂਸ ਤੋੜੀ ਜੀ ਉਹਨਾਂ ਨੂੰ ਅਟੈਂਸ਼ਨ ਕਾਟ ਮਿਲ ਰਹੀ ਹੈ ਤੇ ਹੋਇਓ ਜੀ ਇਹ ਬੇਫਕੂਫੀਆਂ ਨੇ ਇਹ ਸਟੇਟਮੈਂਟ ਕਰ ਰਹਿਣਾ ਨਾ ਸਿੱਖਾਂ ਦੇ ਸਾਫੇ ਤੇ ਨਾ ਕੁਝ ਇਹਨਾਂ ਚੀਜ਼ ਤੇ ਕੁਝ ਅਸੀਂ ਹੋਣ ਦਿਆਂਗੇ ਜੋ ਮੋਦੀ ਜੀ ਦੀ ਕਮਿਟਮੈਂਟ ਹੈ ਸਿੱਖਾਂ ਦੇ ਬਾਰੇ ਉਹ ਦਾਖਲ ਆ ਉਹਨਾਂ ਕਹਿੰਦੇ ਜੋ ਉਹਨਾਂ ਨੂੰ 42 ਵੋਟਾਂ ਪਈਆਂ ਸਾਨੂੰ 2 ਪੰਡੀਆਂ ਮੈਂ ਹਿੰਦੂਆ ਮੈਂ ਉਹ ਨਹੀਂ ਬਣਾਇਆ ਤੋ ਤੁਸੀਂ ਇਹ ਨਾ ਤੁਹਾਡੇ ਕੋਲ ਇਹਨਾਂ ਸੀਰੀਅਸ ਇਸ਼ੂਸ ਹੈਗੇ ਤੁਸੀਂ ਨਾ ਜੋਕਰਸ ਨੂੰ ਕਿਉਂ ਕਿਉਂ ਅਟੈਂਸ਼ਨ ਦਿੰਦੇ ਹੋ राइट सर ਬਹੁਤ ਬਹੁਤ ਧੰਨਵਾਦ ਆਸ ਕਰਦੇ ਹਾਂ ਦੁਆਰਾ ਇਹਨਾਂ ਸੀਰੀਅਸ ਇਸ਼ੂਸ ਤੇ ਫਿਰ ਗੱਲਬਾਤ ਹੋਊਗੀ ਤੇ ਭਾਜਪਾ ਦੇ ਸੀਨੀਅਰ ਲੀਡਰ ਹਰਦੀਪ ਪੂਰੀ ਹਣੀ ਯੂਨੀਅਨ ਮਿਨਿਸਟਰ ਸਾਡੇ ਨਾਲ ਜੁੜੇ ਸੀ ਪੰਜਾਬ ਦੇ ਸੰਦਰਭ ਦੇ ਵਿੱਚ ਗੱਲਬਾਤ ਹੋਈ ਹੈ ਔਰ ਕਹਿ ਰਹੇ ਨੇ ਕਿ ਪੰਜਾਬ ਵਾਸਤੇ ਬਹੁਤ ਕੁਝ ਸੋਚ ਕੇ ਰੱਖਿਆ ਹੋਇਆ ਹੈ ਤੁਹਾਨੂੰ ਦੇਖਣਾ ਹੋਗਾ ਕਿ ਲੋਕ 20 ਫਰਵਰੀ ਨੂੰ ਕਿਸ ਦੇ ਉੱਤੇ ਭਰੋਸਾ ਜਤਾਉਂਦੇ ਨੇ ਔਰ 10 ਮਾਰਚ ਨੂੰ ਜਿਹੜੇ ਨਤੀਜੇ ਆਉਂਦੇ ਨੇ ਤਾਂ ਕਿਸ ਦੀ ਸਰਕਾਰ ਬਣਦੀ ਹੈ